ਗਗਨਦੀਪ ਕੌਰ ਸਿੱਧੂ ਜੀ ਲਓ ਜੀ चार महीने सुते ने जी सारी टीम नू बहुत बहुत धन्यवाद सब तो पहला धन्यवाद जिन्हां दे वीडियो आए पता नहीं रब नाल लाया की हैगा सब तो पहला तो क्लाइंट साढ़े नाल है जिन्होंने साढ़े ते विश्वास किया और इन्नी वड्डी जिम्मेवारी दी सी अज असीं पूरा करके दिखाया लोग चैलेंज करते सीगे सानू लोग कहते सी लख रुपया देवांगे जे वीजे आ जाणगे अज वीजे आ गए आ जे किसी ने चैलेंज किया 34 लाख रुपया इकट्ठा हो गया भाजी 34 लाख रुपये मैनू आके दे जाओ एक एक वीजे का 1 लाख रुपया 34 लाख रुपया सानू चाहिए आ जे हिम्मत हैगी तो साढ़े दफ्तर आके दे दो या सानू बुला लो अभी चाह पी के तुहाडे नाल ਮੁੱਦਾ ਇਹ ਹੈ ਕਿ ਵੀਜ਼ੇ ਲੱਗਦੇ ਆ ਜੀ ਵੀਜ਼ੇ ਲੱਗਦੇ ਆ ਉਹਨਾਂ ਦੇ ਲੱਗਦੇ ਜਿਹੜੇ ਅਪਲਾਈ ਕਰਦੇ ਅਸੀਂ ਕੋਈ ਵੱਖਰਾ ਕੰਮ ਨਹੀਂ ਕਰਦੇ ਪਏ ਤੁਸੀਂ ਅਕੈਡਮਿਕਲੀ ਸਟਰੋਂਗ ਹੋਣੇ ਚਾਹੀਦੇ ਹੋ ਤੁਹਾਡੇ ਮੈਥ 'ਚ ਨੰਬਰ ਘੱਟ ਆ ਤੁਸੀਂ ਮੈਥ ਪੜ੍ਹਨ ਚਲੇ ਜਾਓ ਤੁਹਾਡੇ ਇਕਨੋਮਿਕਸ 'ਚ ਨੰਬਰ ਘੱਟ ਆ ਤੁਸੀਂ ਇਕਨੋਮਿਕਸ ਪੜ੍ਹਨ ਚਲੇ ਜਾਓ ਤੁਹਾਡਾ ਕੋਈ ਵੀ ਵੀਜ਼ਾ ਰਿਫਿਊਜ਼ ਹੋਇਆ ਤਾਂ ਵੀ ਦੁਬਾਰਾ ਲਿੱਤਾ ਜਾ ਸਕਦਾ ਕੋਈ ਮਨਾਹੀ ਨਹੀਂ ਹੈਗੀ ਕਿਸੇ ਵੱਲੋਂ ਵੀ ਆ ਤਿੰਨੇ ਪਾਸਪੋਰਟ ਮੇਰੇ ਹੱਥ 'ਚ ਨੇ ਆ ਤਿੰਨੇ ਪਾਸਪੋਰਟਾਂ ਦੇ ਆਇਲਸ ਦੇ ਸਰਟੀਫਿਕੇਟ ਹੁਣੇ ਆ ਜਾਂਦੇ ਨੇ ਉਹ ਮੈਂ ਕੈਮਰੇ 'ਤੇ ਵੀ ਸਾਰਿਆਂ ਨੂੰ ਦਿਖਾ ਦਾਂਗਾ ਜਿਹੜੇ ਜਿਹੜੇ ਕੈਮਰੇ 'ਤੇ ਦੇਖਦੇ ਨੇ ਆਹ ਦੇਖ ਸਕਦੇ ਹੋ ਜੀ ਤੁਸੀਂ ਸਾਰੇ ਅਤੇ ਆਹ ਵੀਰ ਸਾਰੇ ਸਾਹਮਣੇ ਖੜ੍ਹੇ ਭਾਜੀ ਆਪਾਂ ਖੋਲਿਆ ਸੀਗਾ ਪਾਸਪੋਰਟ ਤੁਸੀਂ ਆਪ ਖੋਲਿਆ ਵੈਸੀ ਤੋਂ ਆਇਆ ਸੀ ਵੈਸੀ ਅੰਦਰੋਂ ਤਾਂ ਵੀ ਕੱਢ ਕੇ ਲਿਆ ਅਤੇ ਵੀਜ਼ੇ ਭਾਜੀ ਲੱਗਦੇ ਆ ਬਹੁਤ ਸੌਖਾ ਹੋਇਆ ਸਾਰੀਆਂ ਚੀਜ਼ਾਂ ਵੀਜ਼ਾ ਤਾਂ ਲੱਗਦਾ ਵਾ ਜਦੋਂ ਅਪਲਾਈ ਤੁਸੀਂ ਸਾਰੇ ਜਾ ਸਕਦੇ ਜੇ ਸਿਰਫ ਤੁਹਾਨੂੰ ਲੋੜ ਹੈਗੀ ਕੋਈ ਨਕਲੀ ਕਾਗਜ਼ ਨਹੀਂ ਲੈਣਾ ਇਹਨਾਂ 'ਚ ਇੱਦਾਂ ਦਾ ਬੱਚਾ ਵੀ ਇਹਨੇ 2013 ਦੇ ਵਿੱਚ ਪਲੱਸ 2 ਕੀਤੀ ਹੋਈ ਹੈ ਸਾਰੀਆਂ ਚੀਜ਼ਾਂ ਪੋਸੀਬਲ ਹੈਗੀਆਂ